ਮੈਂਥੇ ਦੀ ਜਿਹੜੀ ਖੇਤੀ ਹੈ ਬਹੁਤ ਵਧੀਆ ਖੇਤੀ ਹੈ, ਜਿਹੜੀ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 10,000 ਏਕੜ ਦੇ ਵਿੱਚ ਕਿਸਾਨ ਕਰਦੇ ਆ। ਇਹ ਆਲੂ ਪੱਟਣ ਤੋਂ ਬਾਅਦ ਜਾਂ ਲਸਣ ਪੁੱਟਣ ਤੋਂ ਬਾਅਦ ਜਾਂ ਸਾਡੀ ਜਿਹੜੀ ਬੈੱਡ ਪਲਾਂਟੇਸ਼ਨ ਟੈਕਨੀਕ ਕਣਕ ਦੀ ਬਿਜਾਈ ਹੈ ਉਹ ਤੋਂ ਬਾਅਦ ਕੀਤੀ ਜਾਂਦੀ ਹੈ। ਤਕਰੀਬਨ ਇਹ ਜਨਵਰੀ ਮਹੀਨੇ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਉਹ ਬਿਜਾਈ ਕਰਦੇ ਆ। ਵੈਸੇ ਬੈੱਡ ਪਲਾਂਟਰ ਜਿਹੜਾ ਹੈ ਉਹ ਪੁਦੀਨੇ ਦੀਆਂ ਜੜ੍ਹਾਂ ਜਾਂ ਮੈਂਥੇ ਦੀਆਂ ਜੜ੍ਹਾਂ ਲਾਉਣ ਵਾਸਤੇ ਵੀ ਸਾਡੇ ਕਿਸਾਨਾਂ ਨੇ ਬਣਾ ਲਿਆ। ਬੈੱਡ ਟੈਕਨੀਕ ਦੇ ਨਾਲ ਵੀ ਜਿਹੜੀ ਹੈ ਇਹਦੀ ਬਿਜਾਈ ਸਿੱਧੀ ਕੀਤੀ ਜਾਂਦੀ ਹੈ। ਇਹਦੇ ਤੋਂ ਕਾਫ਼ੀ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਜੇ ਬੈੱਡ ਪਲਾਂਟੇਸ਼ਨ ਟੈਕਨੀਕ ਦੇ ਰਾਹੀਂ ਕਣਕ ਦੇ ਵਿੱਚ ਲਾਈ ਹੈ ਤਾਂ ਇਹ ਇੰਟਰਕ੍ਰੋਪ ਦੇ ਤੌਰ 'ਤੇ ਇੱਕ ਵੱਖਰੀ ਫਸਲ ਕਿਸਾਨ ਨੂੰ ਝੋਨਾ ਬੀਜਣ ਤੋਂ ਪਹਿਲਾਂ ਮਿਲ ਜਾਂਦੀ ਹੈ। ਤਕਰੀਬਨ 35,000 30-35,000 ਜਿਹੜਾ ਹੈ ਇਹ ਮੁਨਾਫਾ ਕਿਸਾਨ ਨੂੰ ਮਿਲਦਾ ਹੈ। ਉਹਦੇ 'ਚੋਂ ਉਹਦੇ ਖਰਚੇ ਕੱਢ ਕੇ 20,000 ਕਿਸਾਨ ਦੇ ਪਰ ਏਕੜ ਪੱਲੇ ਪੈ ਜਾਂਦਾ। ਜੇਕਰ ਆਲੂਆਂ ਤੋਂ ਬਾਅਦ ਦੇਖੀਏ ਤਾਂ ਆਲੂਆਂ ਤੋਂ ਬਾਅਦ ਸਾਡੇ ਮੂੰਗੀ ਜਾਂ ਮੈਂਥਾ ਜਾਂ ਮੱਕੀ ਇਹ 3 ਫਸਲਾਂ ਜਿਹੜੀਆਂ ਚੱਲਦੀਆਂ ਔਰ ਕਿਸਾਨ ਜਿਹੜਾ ਹੈ ਮੈਂਥੇ ਤੋਂ ਚੰਗੀ ਆਮਦਨ ਜਿਹੜਾ ਲੈ ਰਿਹਾ। ਕਿਉਂਕਿ ਮੈਂਥੇ ਦਾ ਜਿਹੜਾ ਤੇਲ ਹੈ ਉਹ ਦਵਾਈਆਂ 'ਚ ਸੈਂਟ ਜਾਂ ਹੋਰ ਕਈ ਪਰਪਜ਼ ਦੇ ਵਾਸਤੇ ਵਰਤਿਆ ਜਾਂਦਾ। ਸਾਡੇ ਜ਼ਿਲ੍ਹੇ ਦੇ ਵਿੱਚ ਕਾਫ਼ੀ ਮੈਂਥੇ ਦੇ ਜਿਹੜੇ ਪਲਾਂਟ ਹੈ ਉਹ ਚੱਲ ਰਹੇ ਹੈ। ਪੰਜਾਬ ਵਿੱਚ ਵੀ ਤਕਰੀਬਨ 40,000 ਏਕੜ ਵਿੱਚ ਮੈਂਥੇ ਦੀ ਕਾਸ਼ਤ ਕੀਤੀ ਜਾਂਦੀ ਹੈ। ਅਸੀਂ 2005-06 ਤੋਂ ਖੇਤੀ ਕਰ ਰਹੇ ਹਾਂ। ਇਹਦੇ ਵਿੱਚ 3 ਵਰਾਇਟੀਆਂ ਆ ਜਾਂਦੀਆਂ। ਇੱਕ ਪਾਈਪਰੇਟ ਆ ਜਾਂਦਾ ਜਿਹਨੂੰ ਪਿਪਲਾਮੈਂਟ ਕਹਿ ਦਿੰਦੇ ਆ, ਕਾਲਾ ਪੁਦੀਨਾ ਕਹਿ ਦਿੰਦੇ ਆ। ਇੱਕ ਕੋਸੀ ਆ ਜਾਂਦਾ, ਇੱਕ ਆ ਜਾਂਦਾ ਹੈਗਾ ਸਪੀਅਰ ਵਿੱਚ। ਮੇਨ ਜਿਹੜੀ ਪੰਜਾਬ ਵਿੱਚ ਆਪਣੇ ਕਿਸਾਨ ਪਲਾਂਟਿੰਗ ਕਰਦੇ ਉਹ ਕਰਦੇ ਆ ਪਾਈਪਰੇਟਾਂ ਦੀ ਅਤੇ ਕੋਸੀ ਦੀ। ਜਿਹੜਾ ਪਾਈਪਰੇਟਾ ਹੈਗਾ ਇਹਦੀ ਯੀਲਡ ਹੁੰਦੀ ਆ 20 ਲੀਟਰ ਤੋਂ ਲੈ ਕੇ 30 ਲੀਟਰ। ਅਤੇ ਇਸਦਾ ਰੇਟ ਜੋ ਪਿਛਲੇ 3-4 ਸਾਲ ਤੋਂ ਚੱਲੇ ਆ ਰਿਹਾ ਉਹ ਹੈਗਾ 1800 ਤੋਂ ਲੈ ਕੇ 2100 ਤੱਕ ਇਹਦਾ ਰੇਟ ਰਹਿੰਦਾ ਹੈ। ਅਤੇ ਜਿਹੜਾ ਹੈਗਾ ਕੋਸੀ ਹੈਗਾ, ਕੋਸੀ ਦਾ ਐਵਰੇਜ ਯੀਲਡ ਆਉਂਦੀ ਹੈ 40 ਤੋਂ ਲੈ ਕੇ 60 ਕਿਲੋ। ਜਿਹੜੇ ਵਧੀਆ ਕਿਸਾਨ ਹੈਗੇ ਆ ਜਾਂ ਘੱਟ ਰਕਬਾ ਕਰਨ ਵਾਲੇ ਉਹ 65-70 ਲੀਟਰ ਤੱਕ ਵੀ ਲੈ ਜਾਂਦੇ ਆ। ਅਤੇ ਉਹਦਾ ਜਿਹੜਾ ਨੋਰਮਲ ਜਿਹੜਾ ਰੇਟ ਹੁੰਦਾ ਐਵਰੇਜ 800 ਤੋਂ ਲੈ ਕੇ 1100 ਤੱਕ। ਅਤੇ ਕਿਵੇਂ ਵਾਧੂ ਫਸਲ ਵਜੋਂ ਬੀਜਦੇ ਹੋ ਤੁਸੀਂ ਇਹਨੂੰ? ਹਾਂਜੀ, ਜਦੋਂ ਆਪਾਂ ਲਾਈਕ ਅਕਤੂਬਰ ਵਿੱਚ ਝੋਨੇ ਦੀ ਕਟਾਈ ਕਰਦੇ ਹਾਂ ਉਸ ਤੋਂ ਬਾਅਦ ਜਿਹੜੇ ਤਾਂ ਕਿਸਾਨ ਕਰਦੇ ਹੈਗੇ ਆ ਕਣਕ ਲਗਾਉਂਦੇ ਹੈਗੇ ਆ ਉੱਥੇ ਤਾਂ ਨਹੀਂ ਹੁੰਦਾ। ਅਤੇ ਜਿੱਥੇ ਆਪਾਂ ਆਲੂ ਤੋਂ ਬਾਅਦ ਇੱਕ ਥਰਡ ਕਰੋਪ ਵਜੋਂ ਆਪਾਂ ਇਹਨੂੰ ਲੈਂਦੇ ਹਾਂ, ਵਾਧੂ ਫਸਲ ਕਹਿ ਸਕਦੇ ਹਾਂ। ਅਤੇ ਇਹਦੇ ਵਿੱਚ ਖਰਚਾ ਵੀ ਹੁੰਦਾ, ਰਿਸਕ ਵੀ ਹੁੰਦਾ ਹੈ ਨਾ, ਕਿਉਂਕਿ ਵੈਦਰ ਦੀਆਂ ਕੰਡੀਸ਼ਨਸ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ। ਅਤੇ ਪਰ ਇਹ ਮੂੰਗੀ ਕਹਿ ਲਈਏ ਆਪਾਂ ਮੱਕੀ ਕਹਿ ਲਈਏ ਉਹਨਾਂ ਨਾਲੋਂ ਸਾਰਿਆਂ ਨਾਲੋਂ ਵਧੀਆ ਫਸਲ ਹੈਗੀ ਆ। ਇਹਦਾ ਰੇਟ ਵਧੀਆ ਹੁੰਦਾ, ਯੀਲਡ ਵਧੀਆ ਹੁੰਦੀ ਹੈ। ਅਤੇ ਕਿੰਨੀ ਕੁ ਆਮਦਨ ਕਿੰਨੀ ਕੁ ਹੋ ਜਾਂਦੀ ਹੈ ਇਹਦੇ ਨਾਲ? ਆਮਦਨ ਆਪਾਂ ਕਹਿ ਸਕਦੇ ਹਾਂ ਇਹਦਾ ਵੈਦਰ 'ਤੇ ਡਿਪੈਂਡ ਆ। ਜੇ ਵੈਦਰ ਅਨੁਕੂਲ ਰਹਿੰਦਾ ਹੈਗਾ ਤਾਂ ਫਿਰ ਇਹਦੇ ਤੋਂ ਕਿੱਲੇ ਦੀ ਆਪਾਂ 20-25,000 ਆਮਦਨ ਲੈ ਸਕਦੇ ਹਾਂ ਖਰਚਾ ਕੱਢ ਕੇ, ਜੋ ਕਿ ਆਪਾਂ ਨੂੰ ਕੋਈ ਹੋਰ ਤੀਜੀ ਫਸਲ ਵਿੱਚ ਨਹੀਂ ਰਹਿੰਦੀ ਹੈ। ਇਹ ਵਾਧੂ ਫਸਲ ਵਜੋਂ ਆ? ਹਾਂਜੀ, ਵਾਧੂ ਫਸਲ ਵਜੋਂ। ਜੇ ਕਿਸਾਨ ਬੀਜਣ ਤਾਂ ਵਧੀਆ ਫਾਇਦਾ ਲੈ ਸਕਦੇ ਨੇ? ਕਿਸਾਨ ਵਧੀਆ ਫਾਇਦਾ ਲੈ ਸਕਦੇ, ਪਰ ਇੱਥੇ ਵੀ ਗੱਲ ਉਹੀ ਆ ਜਾਂਦੀ ਵੀ ਜਿਹੜੀ ਆਪਣੀ ਗੌਰਮੈਂਟ ਹੈਗੀ ਆ, ਗੌਰਮੈਂਟ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹਦੇ ਜਿਹੜਾ ਰੇਟ ਹੁੰਦੇ ਉਹਦੇ ਵਿੱਚ ਫਲਕਚੁਏਸ਼ਨ ਬਹੁਤ ਹੁੰਦੀ ਹੈ। ਸੋ ਚਾਹੀਦਾ ਹੈਗਾ ਗੌਰਮੈਂਟ ਨੂੰ ਵੀ ਇਹਦਾ ਵੀ ਲਾਈਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹ ਫਿਕਸ ਕਰਨ ਨਾ, ਤਾਂ ਜੋ ਕਿਸਾਨਾਂ ਦਾ ਇੱਧਰ ਧਿਆਨ ਹੋਵੇ ਕਿਸਾਨਾਂ ਦੀ ਆਮਦਨ ਦੀ ਰਾਹ ਪਾ। ਅਸੀਂ ਤਕਰੀਬਨ ਇਹ 2002 ਤੋਂ ਸ਼ੁਰੂ ਕੀਤੀ ਹੈ। 2007 'ਚ ਅਸੀਂ ਪਲਾਂਟ ਲਾਇਆ ਆਪਣਾ,
ਤੇ ਕਿਉਂਕਿ ਜਿਹੜੀ ਆਲੂ ਤੋਂ ਬਾਅਦ ਸਭ ਤੋਂ ਬੈਸਟ ਤੀਜੀ ਕਰੋਪ ਮਹਿੰਤਾ ਹੈ ਅਤੇ ਜ਼ਿਮੀਂਦਾਰ ਦੇ ਵਾਸਤੇ ਬੜੀ ਲਾਹੇਵੰਦ ਹੈਗੀ ਹੈ। ਆਲੂ ਤੋਂ ਬਾਅਦ ਖਾਦ ਘੱਟ ਪਾਉਣੀ ਪੈਂਦੀ ਹੈ ਅਤੇ ਤਕਰੀਬਨ ਇਹ 100 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ। ਥੋੜ੍ਹੀ ਜਿਹੀ ਇਹ ਮਿਹਨਤ ਭਾਲਦੀ ਹੈ, ਟੈਕਨੀਕਲ ਕਰੋਪ ਹੈਗੀ ਹੈ। ਇਸ ਦੀਆਂ ਜਿਹੜੀਆਂ ਆਪਾਂ ਖੇਤ ਦੇ ਵਿੱਚੋਂ ਜੜ੍ਹਾਂ ਜਿਹੜੀਆਂ ਹੈਗੀਆਂ ਨੇ ਕੱਟ ਕੇ ਲਾਉਂਦੇ ਅਤੇ ਬੈੱਡ ਪਾਉਣੇ ਹੈਗੇ ਆ, ਬੈੱਡਾਂ ਉੱਪਰ ਲਾਈ ਜਾਂਦੀ ਹੈਗੀ ਹੈ। ਉਹਦਾ ਮੇਨ ਪਰਪਸ ਇਹ ਹੈ ਬਈ ਬੈੱਡ ਦੇ ਉੱਪਰ ਪਾਣੀ ਨਾ ਉਹਦੇ ਥੱਲੇ ਸਾਈਡਾਂ ਸਿਰ ਉੱਥੋਂ ਰਹਿ ਜਾਵੇ, ਉਸ ਤੋਂ ਪਾਣੀ ਲੱਗਦਾ ਰਹੇ ਤਾਂ ਕਿ ਕੋਈ ਨਦੀਨ ਨਾ ਹੋਵੇ। ਅਤੇ ਨਦੀਨ ਤੋਂ ਕੁਛ ਪੈਸੇ ਹੈਗੀਆਂ ਦਵਾਈਆਂ ਬੜੀਆਂ ਕਾਮਯਾਬ ਹੈ, ਉਹ ਸਪਰੇ ਅਸੀਂ ਕਰਦੇ ਹੈਗੇ, ਗਰੋਪ ਵਾਸਤੇ ਸਪਰੇ ਕਰਦੇ ਹੈਗੇ। ਬਾਕੀ ਪਾਣੀ ਇਹ ਫਸਲ ਗਰਮੀ ਹੁੰਦੀ ਕਿਉਂਕਿ ਇਹਦਾ ਸੀਜ਼ਨ ਜਿਹੜਾ ਹੈਗਾ ਸ਼ੁਰੂ ਹੁੰਦਾ ਹੈਗਾ ਫਰਵਰੀ ਤੋਂ ਲੈ ਕੇ ਜੂਨ ਤੱਕ, ਸੋ ਗਰਮੀ ਦੇ ਵਿੱਚ ਸਾਨੂੰ ਪਾਣੀ ਪਰ ਪਾਣੀ ਭਰਵਾਂ ਫਾਰਮਰ ਵਾਸਤੇ ਪਰ ਕਰੋਪ ਹਰ ਕਰੋਪ ਤੋਂ ਤੀਜੀ ਫਸਲ ਬੜੀ ਕਾਮਯਾਬ ਹੈ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਹੈਗਾ ਮਹਿੰਤਾ ਓਇਲ ਹੈਗਾ ਇਸ ਨੂੰ ਡਰੱਗ ਦੇ ਵਿੱਚ ਅਤੇ ਕੋਸਮੈਟਿਕਸ ਦੇ ਵਿੱਚ ਯੂਜ਼ ਕਰਦੇ ਹਨ। ਅਤੇ ਇੰਡੀਆ ਜਿਹੜਾ ਹੈਗਾ ਸੈਕਿੰਡ ਪ੍ਰੋਡਿਊਸਰ ਹੈ ਫਸਟ ਚਾਈਨਾ ਜਿਹੜਾ ਵਰਲਡ ਨੂੰ ਇਹ ਤੇਲ ਜਿਹੜਾ ਹੈਗਾ ਮਹਿੰਤਾ ਓਇਲ ਪਿਪਰਾਮਿੰਟ ਸਪੀਅਰਮਿੰਟ ਇਹ ਤਿੰਨ ਵੱਡੀਆਂ ਮੇਨ ਟੌਪ ਦੇ ਪਿਪਰਾਮਿੰਟ ਸੈਕਿੰਡ ਸਪੀਅਰਮਿੰਟ ਉਸ ਤੋਂ ਬਾਅਦ ਮਹਿੰਤਾ ਓਇਲ। ਸੋ ਇਹਦੀ ਡਿਮਾਂਡ ਸਾਰੇ ਵੱਟ ਹੈਗੀ ਹੈ, ਦਵਾਈਆਂ ਤਾਂ ਯੂਜ਼ ਕਰਦੇ ਹੈ ਕੋਸਮ ਯੂਜ਼ ਕਰਦੇ ਹੈਗੇ ਆ, ਸੋ ਬੜੀ ਲਾਹੇਵੰਦ ਕਰੋਪ ਹੈ। ਪਿਛਲੇ 2 ਸਾਲਾਂ ਤੋਂ ਕੁਛ ਇਹਦੇ ਰੇਟ ਡਾਊਨ ਰਹੇ ਸੀ ਕਿਉਂਕਿ ਸਾਡਾ ਫਾਰਮਰ ਇੰਨਾ ਲੰਮਾ ਸਮਾਂ ਮਾਰ ਝੜ ਨਹੀਂ ਸਕਦਾ, ਸੋ ਉਹਦੇ ਕਰਕੇ ਇਸ ਦਾ ਕੁਛ ਕਰੋਪ ਘੱਟ ਗਈ 2 ਸਾਲ ਤੋਂ। ਐਤਕੀ ਕਰੋਪ ਘੱਟ ਹੈ ਪਰ ਐਤਕੀ ਰੇਟ ਹਾਈ ਹੈ, ਸੋ ਆਸ ਸਾਨੂੰ ਹੈ ਵੀ ਨੈਕਸਟ ਈਅਰ ਤੋਂ ਫਿਰ ਇਹ ਕਰੋਪ ਵਧੂਗੀ। ਕਿੰਨੀ ਕੁ ਆਮਦਨ ਕਿੰਨੀ ਕੁ ਹੁੰਦੀ ਹੈ ਕਿਸਾਨ ਨੂੰ ਇਹਦੇ ਵਿੱਚ ਵਧੀਆ ਫਸਲ ਹੁੰਦੀ ਹੈ ਤਾਂ ਕਿੰਨੀ ਕੁ ਆਮਦਨ? ਵਧੀਆ ਫਸਲ ਹੁੰਦੀ ਹੈਗੀ ਹੈ ਤਾਂ ਇਹਦਾ ਐਵਰੇਜ 40,000 ਰੁਪਇਆ ਪਰ ਏਕੜ ਇਹਦੀ ਨਿਕਲਦੀ ਹੈ। ਅਤੇ ਕਈ ਜਿਹੜੇ ਫਾਰਮਰ ਬੜੇ ਹੈਗੇ ਹੈ, ਸਿਆਣੇ ਹੈ, ਸਮਝਦਾਰ ਹੈ, ਟੈਕਨੀਕਲ ਤੌਰ 'ਤੇ ਸਾਊਂਡ ਹੈਗੇ ਹੈ, ਉਹ 50,000 ਤੱਕ ਵੀ ਜਿਹੜੀ ਤੇਜ਼ੀ ਵਿੱਚ ਇਹ ਕਰੋਪ ਦਾ 1 ਕਿੱਲੇ ਦਾ ਬੀਜ ਲੈਂਦੇ ਹੈ। ਤਾਂ ਕਿੰਨੇ ਕਿੰਨੇ ਵਿੱਚ ਹੁੰਦੀ ਇਹਦੀ ਵਰਤੋਂ? ਸਭ ਤੋਂ ਵੱਧ ਦਵਾਈਆਂ ਦੇ ਵਿੱਚ।